ਨੇਹਾ ਚਰਨਪ੍ਰੀਤ ਕੌਰ, ਬੀਤੀ ਰਾਤ ਭਾਰਤ ਨੇ ਇੱਕ ਵਾਰ ਮੁੜ ਤੋਂ ਇਤਿਹਾਸ ਰਚ ਦਿੱਤਾ ਹੈ। T20 ਵਰਲਡ ਕੱਪ ਦੇ ਵਿੱਚ ਇਤਿਹਾਸਿਕ ਜਿੱਤ ਜਿਹੜੀ ਹੈ ਉਹ ਹਾਸਲ ਕੀਤੀ ਹੈ ਭਾਰਤ ਨੇ। ਦੱਸੀਏ ਕਿ ਦੱਖਣੀ ਅਫਰੀਕਾ ਨੂੰ 7 ਦੌੜਾਂ ਦੇ ਨਾਲ ਹਰਾ ਕੇ ਭਾਰਤ ਨੇ ਟਰਾਫੀ ਜਿਹੜੀ ਹੈ ਉਹ ਆਪਣੇ ਨਾਮ ਕਰ ਲਈ ਹੈ। ਤਸਵੀਰਾਂ ਦਿਖਾਵਾਂਗੇ ਤੁਹਾਨੂੰ ਕਿਸ ਤਰ੍ਹਾਂ ਖੁਸ਼ੀ ਦੇ ਵਿੱਚ ਨਜ਼ਰ ਆ ਰਹੀ ਹੈ ਭਾਰਤ ਦੀ ਟੀਮ। ਉਸੇ ਦੇ ਨਾਲ ਹੀ ਇੱਕ ਵੱਡੀ ਖਬਰ ਵੀ ਜਿਹੜੀ ਹੈ ਉਹ ਸਾਹਮਣੇ ਆਈ ਹੈ। ਦੱਸੀਏ ਕਿ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਜਿਹੜਾ ਹੈ T20 ਅੰਤਰਰਾਸ਼ਟਰੀ ਮੈਚ ਤੋਂ ਜਿਹੜਾ ਹੈ ਉਹ ਸੰਨਿਆਸ ਲੈ ਲਿਆ। ਦੋਹਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਉਹਨਾਂ ਦਾ ਆਖਰੀ ਮੈਚ ਸੀ। ਇਸ ਤੋਂ ਬਾਅਦ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਜਿਹੜੇ ਨੇ ਉਹ ਹੁਣ T20 ਕੱਪ ਜਿਹੜਾ ਉਹ ਨਹੀਂ ਖੇਡਣਗੇ। ਵਿਰਾਟ ਕੋਹਲੀ ਨੇ 76 ਦੌੜਾਂ ਦੀ ਅਹਿਮ ਪਾਰੀ ਖੇਡੀ ਹੈ। ਦੱਸੀਏ ਕਿ ਪਰ ਮੈਚ ਤੋਂ ਬਾਅਦ ਹੋਈ ਪੇਸ਼ਕਾਰੀ ਦੇ ਵਿੱਚ ਕੋਹਲੀ ਨੇ ਜਿਹੜਾ ਵੱਡਾ ਐਲਾਨ ਕੀਤਾ। ਉਹਨਾਂ ਆਖਿਆ ਹੈ ਕਿ ਇਹ ਆਖਰੀ ਵਿਸ਼ਵ ਕੱਪ ਹੈ। ਕੋਹਲੀ ਨੇ ਦੱਸਿਆ ਕਿ ਉਹ ਆਪਣੇ ਕਰੀਅਰ 'ਚ ਵਿਸ਼ਵ ਕੱਪ ਟਰਾਫੀ ਨੂੰ ਚੁੱਕਣਾ ਚਾਹੁੰਦੇ ਸਨ ਅਤੇ ਇਹ ਆਖਰੀ ਮੌਕਾ ਸੀ ਜਦੋਂ ਉਹਨਾਂ ਨੇ ਭਾਰਤ ਦੇ ਲਈ T20 ਮੈਚ ਖੇਡਿਆ। ਉਹਨਾਂ ਨੇ T20 ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਉਹਨਾਂ ਤੋਂ ਬਾਅਦ ਰੋਹਿਤ ਸ਼ਰਮਾ ਨੇ ਵੀ ਜਿਹੜਾ ਐਲਾਨ ਕਰ ਦਿੱਤਾ ਹੈ ਕਿ ਉਹ ਵੀ ਇਸ ਤੋਂ ਬਾਅਦ ਜਿਹੜਾ T20 ਨਹੀਂ ਖੇਡਣਗੇ। ਮੈਚ ਤੋਂ ਬਾਅਦ ਇੰਟਰਵਿਊ ਦੇ ਵਿੱਚ ਵਿਰਾਟ ਕੋਹਲੀ ਨੇ ਕਿਹਾ ਕਿ ਇਹ ਮੇਰਾ ਆਖਰੀ ਵਿਸ਼ਵ ਕੱਪ ਸੀ, ਇਹ ਸਭ ਅਸੀਂ ਹਾਸਲ ਕਰਨਾ ਚਾਹੁੰਦੇ ਸੀ। ਇੱਕ ਦਿਨ ਤੁਸੀਂ ਸੋਚਦੇ ਹੋ ਕਿ ਤੁਸੀਂ ਦੌੜਾਂ ਨਹੀਂ ਬਣਾ ਪਾ ਰਹੇ, ਪਰ ਉਦੋਂ ਹੀ ਇੱਦਾਂ ਹੋ ਜਾਵੇ ਤਾਂ ਰੱਬ ਜੋ ਵੀ ਕਰਦਾ ਹੈ ਚੰਗਾ ਹੀ ਕਰਦਾ ਹੈ। ਇਹ ਕੁਝ ਕਹਿਣਾ ਹੈ ਕੋਹਲੀ ਦਾ। ਕੋਹਲੀ ਦਾ ਕਹਿਣਾ ਹੈ ਕਿ ਇਹ ਮੇਰੇ ਲਈ ਅਭੀ ਨਹੀਂ ਤੋਂ ਕਭੀ ਨਹੀਂ ਵਾਲੀ ਸਥਿਤੀ ਸੀ। ਭਾਰਤ ਲਈ ਇਹ ਮੇਰਾ ਆਖਰੀ T20 ਮੈਚ ਸੀ। ਅਸੀਂ ਇਸ ਵਿਸ਼ਵ ਕੱਪ ਟਰਾਫੀ ਨੂੰ ਚੁੱਕਣਾ ਚਾਹੁੰਦੇ ਸੀ, ਭਾਵੇਂ ਅਸੀਂ ਹਾਰ ਵੀ ਜਾਂਦੇ, ਮੈਂ ਤਾਂ ਵੀ ਆਪਣੇ ਸੰਨਿਆਸ ਦਾ ਐਲਾਨ ਕਰਨ ਜਾ ਰਿਹਾ ਸੀ। ਉੱਥੇ ਹੀ ਵਿਰਾਟ ਕੋਹਲੀ ਨੇ ਆਪਣੀ ਪੋਸਟ ਮੈਚ ਪੇਸ਼ਕਾਰੀ ਦੇ ਵਿੱਚ ਕਿਹਾ ਕਿ ਰੋਹਿਤ ਸ਼ਰਮਾ 9 T20 ਵਿਸ਼ਵ ਕੱਪ ਜਿਹੜੇ ਨੇ ਉਹ ਖੇਡ ਚੁੱਕੇ ਨੇ। ਉੱਥੇ ਹੀ ਵਿਰਾਟ ਕੋਹਲੀ ਦਾ ਇਹ 6ਵਾਂ ਵਿਸ਼ਵ ਕੱਪ ਸੀ। ਟੀਮ ਦੇ ਵਿੱਚ ਰੋਹਿਤ ਉਹ ਵਿਅਕਤੀ ਨੇ ਜਿਹੜੇ ਇਸ ਜਿੱਤ ਦਾ ਸਭ ਤੋਂ ਵੱਧ ਹੱਕਦਾਰ ਨੇ। ਮੈਂ ਬਹੁਤ ਖੁਸ਼ ਹਾਂ ਕਿ ਅਸੀਂ ਜਿੱਤ ਦਰਜ ਕਰ ਸਕੇ। ਇੰਨੀ ਵੱਡੀ ਜਿੱਤ ਤੋਂ ਬਾਅਦ ਭਾਵਨਾਵਾਂ ਨੂੰ ਜ਼ਾਹਰ ਕਰਨ ਦੇ ਲਈ ਪਿਛਲੇ ਕੁਝ ਮੈਚਾਂ ਦੇ ਵਿੱਚ ਮੇਰਾ ਆਤਮ ਵਿਸ਼ਵਾਸ ਵਧਿਆ ਹੋਇਆ ਸੀ, ਪਰ ਕ੍ਰੀਜ਼ 'ਤੇ ਜਾਣ ਤੋਂ ਬਾਅਦ ਮੈਂ ਚੰਗਾ ਮਹਿਸੂਸ ਨਹੀਂ ਕਰ ਰਿਹਾ ਸੀ। ਉੱਥੇ ਹੀ T20 ਵਿਸ਼ਵ ਕੱਪ 2024 ਦੇ ਫਾਈਨਲ ਤੋਂ ਪਹਿਲਾਂ ਵਿਰਾਟ ਕੋਹਲੀ 7 ਪਾਰੀਆਂ ਵਿੱਚ ਸਿਰਫ 75 ਦੌੜਾਂ ਹੀ ਬਣਾ ਸਕੇ ਸਨ, ਪਰ ਉਹਨਾਂ ਨੂੰ ਐਵੇਂ ਹੀ ਵੱਡੇ ਮੈਚ ਦਾ ਪਲੇਅਰ ਨਹੀਂ ਕਿਹਾ ਜਾਂਦਾ। ਕੋਹਲੀ ਨੇ ਵਿਸ਼ਵ ਕੱਪ ਦੇ ਫਾਈਨਲ ਮੈਚ ਅਤੇ ਆਪਣੇ ਕਰੀਅਰ ਦੇ ਆਖਰੀ ਮੈਚ ਵਿੱਚ ਵੀ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਹੈ, ਜਿਸ ਲਈ ਉਹਨਾਂ ਨੂੰ ਪਲੇਅਰ ਆਫ ਦਾ ਮੈਚ ਦਾ ਅਵਾਰਡ ਵੀ ਜਿਹੜਾ ਹੈ ਉਹ ਦਿੱਤਾ ਗਿਆ। ਸੋ ਇਸ ਦਰਮਿਆਨ ਵੱਡੀ ਖਬਰ ਹੈ ਕਿ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਜਿਹੜੇ ਨੇ ਹੁਣ ਸੰਨਿਆਸ ਲੈਣ ਜਾ ਰਹੇ ਨੇ। ਵੱਡੇ ਐਲਾਨ ਦੋਨਾਂ ਦੇ ਵੱਲੋਂ ਕੀਤੇ ਗਏ। ਪਹਿਲਾਂ ਵਿਰਾਟ ਕੋਹਲੀ ਦੇ ਵੱਲੋਂ ਕਿਹਾ ਗਿਆ ਕਿ ਹੁਣ ਉਹ T20 ਜਿਹੜਾ ਉਹ ਨਹੀਂ ਖੇਡਣਗੇ, ਜਿਸ ਤੋਂ ਬਾਅਦ ਰੋਹਿਤ ਸ਼ਰਮਾ ਨੇ ਵੀ ਐਲਾਨ ਕਰ ਦਿੱਤਾ ਕਿ ਉਹ ਵੀ T20 ਤੋਂ ਹੁਣ ਜਿਹੜਾ